ਗਵਰਨਮੈਂਟ ਅੱਗੇ ਅਪੀਲ ਹੈ ਕਿ ਅਸੀਂ ਖਾਨਗਾ ਡੋਗਰਾ ਸੈਂਟਰ ਛਾਪਾਣੀ ਤੋਂ ਬੋਲ ਰਹੇ ਹਾਂ, ਸਾਨੂੰ ਬਾਰਦਾਨਾ ਨਹੀਂ ਮਿਲ ਰਿਹਾ। ਅਸੀਂ ਰਾਤ 2 ਵਜੇ ਦੇ ਇੱਥੇ ਆ ਕੇ ਲਾਈਨ 'ਚ ਲੱਗੇ ਹੋਏ ਹਾਂ। 2-3 ਦਫਾ ਲੜਾਈ, ਹਜੂਮ, ਕੁਛ ਲੋਕ ਬੇਹੋਸ਼ ਵੀ ਹੋਏ ਨੇ, ਲੇਕਿਨ ਸਾਨੂੰ ਕਿਸੇ ਨੇ ਕੋਈ ਬਾਰਦਾਨਾ ਨਹੀਂ ਦਿੱਤਾ। ਐਪਲੀਕੇਸ਼ਨ ਸਾਡੇ ਕੋਲ ਨੇ, ਜ਼ਿਮੀਦਾਰ ਹਾਂ ਅਸੀਂ, ਔਰ ਸਾਨੂੰ ਬਾਰਦਾਨਾ ਨਹੀਂ ਮਿਲ ਰਿਹਾ। ਸਾਡੀ ਆਲਾ ਹਕਾਮ ਅੱਗੇ ਅਪੀਲ ਹੈ ਕਿ ਸਾਡਾ ਮਸਲਾ ਹੱਲ ਕੀਤਾ ਜਾਏ ਔਰ ਸਾਨੂੰ ਬਾਰਦਾਨਾ ਦਿੱਤਾ ਜਾਏ, ਤਾਂ ਕਿ ਅਸੀਂ ਆਪਣੀ ਗੰਦਮ ਜਿਹੜੀ ਹੈ ਉਹ ਅਸੀਂ ਗੌਰਮੈਂਟ ਨੂੰ ਆਪਣੇ ਰੇਟ 'ਤੇ ਵੀ ਲਈ। ਇੰਤਜ਼ਾਮੀਆਂ ਕੋਈ ਨਹੀਂ, ਸਾਨੂੰ 8-9 ਵਜੇ ਤੱਕ ਉਹਨਾਂ ਨੇ ਬਾਹਰ ਰੋਕੀ ਰੱਖਿਆ, ਔਰ ਦੋ ਬੰਦੇ ਜ਼ਖਮੀ ਹੋ ਗਏ ਨੇ, ਇੱਕ ਦੀ ਲੱਤ ਟੁੱਟ ਗਈ ਹੈ, ਲੇਕਿਨ ਕਿਸੇ ਬੰਦੇ ਨੂੰ ਬਾਰਦਾਨਾ ਨਹੀਂ ਮਿਲਿਆ। ਜਿਹੜੀਆਂ ਸਾਡੀਆਂ ਐਪਲੀਕੇਸ਼ਨ ਅੰਦਰ ਗਈਆਂ ਨੇ ਉਹ ਵੀ ਬਾਹਰ ਉਹਨਾਂ ਨੇ ਫੈਂਕ ਦਿੱਤੀਆਂ ਨੇ, ਇਹ ਮੇਰੇ ਕੋਲ ਨੇ ਔਰ ਉਹ ਵੀ ਉਹਨਾਂ ਨੇ ਬਾਹਰ ਫੈਂਕ ਦਿੱਤੀਆਂ ਨੇ। ਇੱਕ ਮੇਰੀ, ਇੱਕ ਮੇਰੇ ਭਾਈ ਦੀ ਔਰ ਇੱਕ ਮੇਰੇ ਕਜ਼ਨ ਦੀ ਸੀ ਐਪਲੀਕੇਸ਼ਨ, ਇਹ ਵੇਖੋ, ਇਹ ਵੀ ਅੰਦਰੋਂ ਹੋ ਕੇ ਬਾਹਰ ਆਈਆਂ ਨੇ।